ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰੌਰ ਸਾਹਿਬ ਅਸੀਂ ਆਪਣੇ ਪ੍ਰੋਗਰਾਮ ਨੂੰ ਫੋੜ ਕੇ ਵਿਦਾਨਨੇ ਆ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨਾਲ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਰਣਜੋਤ ਸਿੰਘ ਜੀ ਦੀ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹਨਾਂ ਨੇ ਸਾਨੂੰ ਕੁਝ ਕੁਐਸਚਨ ਪੁੱਛੇ ਹਨ ਖਾਲਿਸਤਾਨ ਬਣਾਉਣ ਦੇ ਪ੍ਰਤੀ ਇਹਨਾਂ ਦਾ ਪਹਿਲਾ ਕੁਐਸਚਨ ਹੈ ਖਾਲਿਸਤਾਨ ਕਦੋਂ ਬਣੇਗਾ ਤੇ ਇਸ ਦੀਆਂ ਕੀ ਸੀਮਾਵਾਂ ਹੋਣਗੀਆਂ ਦੂਸਰਾ ਇਫ ਖਾਲਿਸਤਾਨ ਇਜ਼ ਜੇ ਖਾਲਿਸਤਾਨ ਬੰਦਾ ਹੈ ਤਾਂ Do we have to pay the loan to Indian government, which is on Punjab government at the moment? Third one, Sikh Rat would be the constitution or will you make a new one? Fourth one, what will be the supreme power of the country? I am really keen to live in Khalistan, the land of pure of pures. Long live Khalistan. Jaldi Jaldi Sada karbane, Bane. Patsha Mirkal. ਅ ਵੀਰ ਰਣਜੋਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਹੈ ਕਾਫੀ ਦਿਨਾਂ ਦੀ ਈਮੇਲ ਆਈ ਹੋਈ ਸੀ ਪਰ ਕਿਉਂਕਿ ਇਹਨਾਂ ਨੇ ਕਾਫੀ ਪਰਟਿਨੈਂਟ اور ਖਾਸ ਸਵਾਲ ਉਠਾਏ ਨੇ ਹਾਲਾਂ ਅਸੀਂ ਆਪਣੇ ਪ੍ਰੋਗਰਾਮ ਚ ਸਮੇਂ-ਸਮੇਂ ਇਹਨਾਂ ਦੇ ਜਵਾਬ ਦਿੰਦੇ ਨੇ ਪਰ ਇਹਨਾਂ ਨੇ ਡਾਇਰੈਕਟਲੀ ਪੁੱਛਿਆ ਸੋ ਅਸੀਂ ਉਸੇ ਤਰਤੀਬ ਚ ਜਾਵਾਂਗੇ ਇਹਨਾਂ ਨੇ ਪੁੱਛਿਆ ਵੀ ਖਾਲਸਤਾਨ ਕਦੋਂ ਬਣੇਗਾ ਤੇ ਇਸ ਦੀਆਂ ਸੀਮਾਵਾਂ ਯਾਨੀ ਕਿ ਬਾਰਡਰਸ ਕੀ ਹੋਣਗੇ ਜੀ ਅ ਦੇਖੋ ਦੋ ਚੀਜ਼ਾਂ ਜਿਹੜੀਆਂ ਬੀਇੰਗ ਅਸੀਂ ਅਧਿਆਤਮ ਸਤਗੁਰੂ ਦਾ ਜਿਹੜਾ ਸਾਡਾ ਫੇਥ ਹੈ ਸਿੱਖ ਫੇਥ ਉਹਦੇ ਚ ਯਕੀਨ ਰੱਖਦੇ ਆ ਜਿਹਦੇ ਚ ਦੇਸ਼ ਤੇ ਕਾਲ ਇਹਨੂੰ ਟਾਈਮ ਐਂਡ ਸਪੇਸ ਕਹਿੰਦੇ ਨੇ ਇਹ ਨਿਰੰਕਾਰ ਦੇ ਹੱਥ ਵਸ ਹੁੰਦੇ ਜੀ ਸਾਡੇ ਲਈ ਬਤੌਰੇ ਸਿੱਖ ਅਸੀਂ ਇਹ ਸੋਚੀਏ ਜਾਂ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ ਹੈ ਕਿ ਕੀ ਖਾਲਸਤਾਨ ਬਣਾਣਾ ਜ਼ਰੂਰੀ ਹੈ ਜਾਂ ਕੀ ਖਾਲਸਤਾਨ ਬਣਨ ਤੋਂ ਬਿਨਾ ਸਿੱਖਾਂ ਦੇ ਮਸਲੇ ਸਾਊਥ ਏਸ਼ੀਆ ਦੇ ਵਿੱਚ ਜਿੱਥੇ ਕਿ ਅੱਜ ਇੱਕ ਵੱਡੇ ਹਿੱਸੇ ਤੇ ਭਾਰਤ ਨਾਂ ਦੀ ਹਕੂਮਤ ਹੈ ਉਹ ਮਸਲੇ ਹੱਲ ਹੋ ਸਕਦੇ ਨੇ ਜੀ ਕੀ ਪਿਛਲੇ 67-88 ਸਾਲ ਚ ਆਮ ਕਰਕੇ ਔਰ ਜੂਨ 84 ਦੇ ਘਲੂਕਾਰੇ ਤੋਂ ਬਾਅਦ ਹੁਣ ਤੱਕ ਪਿਛਲੇ 30 ਸਾਲ ਦੇ ਤਜਰਬੇ ਤੋਂ ਕੀ ਸਿੱਖੇ ਮਹਿਸੂਸ ਕਰਦੇ ਨੇ ਕਿ ਉਹਨਾਂ ਕੋਲ ਆਜ਼ਾਦ ਦੇਸ਼ ਖਾਲਸਤਾਨ ਦੀ ਮੰਗ ਤੋਂ ਬਿਨਾ ਕੋਈ ਹੋਰ ਆਪਸ਼ਨ ਹੈ ਜੀ ਔਰ ਮੈਂ ਸਮਝਦਾ ਹਾਂ ਵੀ ਜਦੋਂ ਇਮਾਨਦਾਰੀ ਦੇ ਨਾਲ ਅਸੀਂ ਨਾ ਸਵਾਲਾਂ ਦਾ ਜਵਾਬ ਲੱਭਾਂਗੇ ਬੇਸ਼ੱਕ ਉੱਥੇ ਡਰ ਦੇ ਕਾਰਕ ਕੇ ਜਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਭੈ ਜਾਂ ਸਰਕਾਰ ਦਾ ਹਉ ਹੈ ਜਾਂ ਮੀਡੀਆ ਦਾ ਇਸ ਕਿਸਮ ਦਾ ਪ੍ਰੋਪਗੈਂਡਾ ਹੈ ਨਾ ਪੱਕੀ ਗੱਲ ਹੈ ਬਹੁਤ ਸਾਰੇ ਸਿੱਖ ਖੁਦ ਵੀ ਹਨੇਰੇ 'ਚ ਨੇ ਉੱਥੋਂ ਵਾਲੇ لیکن بھارت ਦੇ نقشੇ ਦੀ ਕੈਦ ਤੋਂ ਬਾਹਰ ਜਿਹੜੇ 40 ਲੱਖ ਸਿੱਖ ਨੇ ਜਿਨ੍ਹਾਂ ਨੂੰ ਆਜ਼ਾਦੀ ਦਾ கான்ਸੈਪਟ ਪਤਾ ਹੈ ਜਿਹੜੇ ਦੁਨੀਆ 'ਚ ਰਿਲੇਟ ਕਰ ਸਕਦੇ ਨੇ ਡਵੈਲਪਮੈਂਟਸ ਨੂੰ ਜਿਨ੍ਹਾਂ ਨੂੰ ਇਹ ਸਮਝ ਹੈ ਕਿ ਜੇ ਅਸੀਂ ਖਾਲਸਾਣ ਡਿਕਲਰੇਸ਼ਨ ਡੇ ਦੇ ਵੇਲੇ ਮੈਂ ਇੱਕ ਅੰਗਰੇਜ਼ੀ ਦੇ ਵਿੱਚ ਆਰਟੀਕਲ ਲਿਖਿਆ ਸੀ ਮਿਊਜ਼ਿੰਗਸ ਔਨ ਖਾਲਸਾਣ ਜੀ ਔਰ ਉਹਦੇ 'ਚ ਅਸੀਂ 70 ਦੁਨੀਆ ਦੇ ਐਸੇ ਦੇਸ਼ਾਂ ਦੇ ਨਾਮ ਦਿੱਤੇ ਨੇ ਜਿਹੜੇ ਯੂਨ ਦੇ ਮੈਂਬਰ ਨੇ ਔਰ ਜਿਨ੍ਹਾਂ ਦਾ ਬਾਰਡਰ ਖਾਲਸਾਣ ਤੋਂ ਵੀ ਛੂਟੇ ਔਰ ਜਿਹੜਾ ਅੱਜ ਦਾ ਪੰਜਾਬ ਹੈ ਜਦੋਂ ਅਸੀਂ ਹਾਰੀਸਤਾਨ ਦੇ ਕਿਉਂਕਿ ਦੂਜਾ ਸਵਾਲ ਉਹਨਾਂ ਦਾ ਸੀ ਮਾਵਾਂ ਦੇ ਹਵਾਲੇ ਨਾਲ ਹੈ ਪਰ ਅੱਜ ਜਿਹੜਾ ਸਾਡਾ ਪੰਜਾਬ ਹੈ ਜਿਹੜਾ ਲਗਭਗ 50300 ਸਕਰ ਕਿਲੋਮੀਟਰ ਜਿਹੜਾ ਏਰੀਆ ਹੈ ਈਵਨ 70 ਦੇਸ਼ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ ਉਹ 50300 ਸਕਰ ਕਿਲੋਮੀਟਰ ਦਾ ਜਿਹੜਾ ਇਲਾਕਾ ਉਹਦੇ ਨਾਲੋਂ ਵੀ ਛੋਟੇ ਨੇ ਔਰ ਕਈ ਤਾਂ ਇਹ ਯੋਜਨਾ ਹੈ ਜਿਹੜੇ ਬਿਲਕੁਲ ਲੈਂਡਲੌਕਡ ਨੇ ਸੋ ਇਹ ਮੈਂ ਇਸ ਲਈ ਕਹਿ ਰਿਹਾ ਕਿ ਬਹੁਤੇ ਕਹਿਣਗੇ ਜੀ ਸਮੁੰਦਰ ਨਹੀਂ ਲੱਗਦਾ ਜੀ ਖਾਲਸ탄 ਨੂੰ ਜੀ ਕੁਝ ਜਿਹੜੇ ਨੇ ਉਹ ਕਹਿਣਗੇ ਜੀ ਇਕਨੋਮਿਕਲੀ ਕਿਵੇਂ ਵਾਇਬਲ ਹੋਏਗਾ ਜੀ ਸਾਡੇ ਕੋਲ ਕੋਈ ਮਿਨਰਲਸ ਨਹੀਂ ਨੇ ਸਾਡੇ ਕੋਲ ਇਹ ਨਹੀਂ ਹੈ ਉਹ ਨਹੀਂ ਹੈ ਸੋ ਅਸੀਂ ਜੇ ਇਮਾਨਦਾਰੀ ਦੇ ਨਾਲ ਜਿਹੜੇ ਇਸ ਕਿਸਮ ਦੇ ਸਾਡੇ ਵੀਰ ਪੈਣਾ ਸ਼ੰਕੇ ਕਰਦੇ ਨੇ ਅੱਜ ਕੱਲ ਤਾਂ ਗੂਗਲ ਜੀ ਮਹਾਰਾਜ ਨੇ ਜੇ ਥੋੜਾ ਜਿਹਾ ਉਂਗਲਾ ਹਲਾ ਲੈਣ ਜਾਂ ਖੁਦ ਹੀ ਥੋੜੀ ਜਿਹੀ ਰਿਸਰਚ ਕਰ ਲੈਣ ਤੇ ਉਹਨਾਂ ਨੂੰ ਇਹ ਨਜ਼ਰ ਆਏਗਾ ਕਿ ਭਾਈ ਸਿੱਖ ਕੌਮ ਜਿਹੜੀ ਅੱਜ 30 ਮਿਲੀਅਨ ਦੁਨੀਆ ਭਰ ਦੇ ਵਿੱਚ ਫੈਲਈ ਹੈ ਸਾਡਾ ਤਾਂ ਜਨਮ ਹੀ ਐਜ਼ ਅ ਨੇਸ਼ਨ ਹੋਇਆ ਜੀ ਬਹੁਤ ਸਾਰਿਆਂ ਦਾ ਤਾਂ ਹੁਣ ਹੋਰ ਜਦੋਂ ਖਾਲਸਾ ਸਾਜਨਾ ਦਿਵਸ ਦੇ ਸਮਾਗਮ ਹੁੰਦੇ ਨੇ ਬਹੁਤ ਵਾਰੀ ਸਪੀਕਰ ਕਹਿਣਗੇ ਜੀ ਇਹ ਇੱਕੋ ਇੱਕ ਕੌਮ ਹੈ ਜਿਹਨੂੰ ਆਪਣਾ ਜਨਮ ਦਿਨ ਪਤਾ ਐਂਡ that is true ਜੀ ਨਹੀਂ ਬਾਕੀ ਤਾਂ ਓਵਰ ਐ ਸਾਨੂੰ ਪਤਾ ਹੈ ਕਿ ਭਾਈ 1699 ਈਸਵੀ ਦੀ ਵਿਸਾਖੀ ਨੂੰ ਦਸਵੇਂ ਪਾਤਸ਼ਾਹ ਨੇ ਪੰਜ ਕਕਾਰੀ ਇਹ ਖਾਲਸਾ ਪ੍ਰਗਟ ਕੀਤਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ-ਮਤਾ ਸਾਹਿਬਕੌਰ ਵਾਸੀ ਅਨੰਦਪੁਰ ਦੇ ਔਰ ਸਾਡਾ ਜਨਮ ਹੀ ਨੇਸ਼ਨ ਦੇ ਤੌਰ ਤੇ ਹੋਇਆ ਔਰ ਅੱਜ ਤੋਂ 150 ਸਾਲ ਪਹਿਲਾਂ ਤੱਕ ਲਗਭਗ ਜਦੋਂ 1859 ਚ ਅੰਗਰੇਜ਼ੀ ਰਾਜ ਨੇ ਧੋਖੇ ਨਾਲ ਸਾਡਾ ਰਾਜ ਹੜੱਪਿਆ ਅਸੀਂ ਮੌਜੂਦਾ ਫਰਾਂਸ ਤੋਂ ਵੀ ਵੱਡੇ ਦੇਸ਼ ਦੇ ਮਾਲਕ ਸੀ ਅਸੀਂ ਸੋਵਰਨ ਸੀ ਜੀ ਜੇ ਸਾਡਾ ਦੇਸ਼ ਹੜੱਪਿਆ ਸੀ ਕੋਈ ਆਰਾਮ ਨਾਲ ਤਾਂ ਨਹੀਂ ਬੈਠੇ 80% ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਾਉਣ ਲਈ ਇਸ ਹੋਪ ਦੇ ਨਾਲ ਕਿ ਭਾਰਤ ਦੇ ਵਿੱਚ ਸਾਡੇ ਲਈ ਜਿਹੜੀ ਹੈ ਉਹ ਇੱਕ ਆਜ਼ਾਦੀ ਦੀ ਜਿਹੜੀ ਹੈ ਲੋ ਹਾਂਜੀ ਉਹ ਰੌਸ਼ਨੀ ਔਰ ਜਿਹਨੂੰ ਨੈਰੂ ਨੇ ਕਿਹਾ ਸੀ ਗਲੋ ਆਫ ਫਰੀडम ਜੀ ਲੇਕਨ 47 ਬਣਨ ਤੋਂ ਬਾਅਦ ਅਸੀਂ ਦੇਖਿਆ ਵੀ ਸਾਨੂੰ ਤਾਂ ਕ੍ਰਿਮੀਨਲ ਟ్రਾਈਬ ਡਿਕਲੇਅਰ ਕਰਤਾ ਉਹਨਾਂ ਨੇ ਸੰਵਿਧਾਨ ਦੇ ਵਿੱਚ ਆਰਟੀਕਲ 25 20 ਸਾਨੂੰ Hindu ਬਣਾਉਂਦਾ ਤੇ ਜੋ ਸਾਡੇ ਨਾਲ ਹੋਇਆ ਦੇਸ਼ ਆਜ਼ਾਦ ਹੋਣ ਤੋਂ ਬਾਅਦ 37 ਸਾਲ ਦੇ ਵਿੱਚ ਵੀ ਸਾਡੇ ਸਭ ਤੋਂ ਪਵਿੱਤਰ ਮੁਕਾਮ ਦਰਬਾਰ ਸਾਹਿਬ ਤੇ ਟੈਂਕਾ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ 37 ਇਤਿਹਾਸਿਕ ਗੁਰਦੁਆਰਿਆਂ ਤੇ ਕੀਤਾ ਸਾਡੀ ਰੈਫਰੈਂਸ ਲਾਇਬ੍ਰੇਰੀ ਸਾਡੇ ਹਿਸਟੋਰੀਕ ਸਿਟੀਜ਼ ਡਿਸਟਰੋਏ ਕਰ ਦਿੱਤੀ ਔਰ ਨਵੰਬਰ 84 ਚ ਜੋ ਕੁਛ ਹੋਰ ਭਾਰਤ ਪਰਚ ਹੋਇਆ ਸਿਰਫ ਇੱਕ ਸਿੱਖ ਹੋਣ ਦੇ ਵਿੱਚ ਪਿੱਛੇ ਹੀ ਕਿਵੇਂ ਹਜ਼ਾਰਾਂ ਦੀ ਗਿਣਤੀ ਜਿਉਂਦੇ ਟਾਇਰ ਪਾ ਕੇ ਸਾੜ ਦਿੱਤੇ ਬੀਬੀਆਂ ਦੇ ਨਾਲ ਕੀ ਹੋਇਆ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਨਸਲ ਕੁਸ਼ੀ ਦਾ ਸ਼ਿਕਾਰ ਬਣਾਇਆ ਔਰ 30 31 ਸਾਲ ਬੀਤਣ ਬਾਅਦ ਕਿੰਨੀਆਂ ਸਰਕਾਰਾਂ ਬਦਲੀਆਂ ਕੋਈ ਉਥੋਂ ਇਨਸਾਫ ਨਹੀਂ ਨਿਕਲੇ ਇਹ ਇਹ ਸਾਰੇ ਨੁਕਤੇ ਨੇ ਜਿਸ ਤੋਂ ਬਾਅਦ ਜਿਹੜੇ ਸੂਝਵਾਨ ਸਿੱਖ ਨੇ ਇਮਾਨਦਾਰ ਸਿੱਖ ਅਸੀਂ ਕੋਈ ਹਿੰਦੂਆਂ ਦੇ ਖਿਲਾਫ ਨਹੀਂ ਹੈ ਕੋਈ ਸਿੱਖਾਂ ਦੀ ਲੜਾਈ ਕੋ ਹਿੰਦੂ ਤਰ ਮਨਾੜ ਨਹੀਂ ਅਸੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਹੋਈ ਹੈ ਧਾਰਮਿਕ ਆਜ਼ਾਦੀ ਦੇ ਲਈ ਜੀ ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ ਔਰ ਉਸ ਸਟੇਟ ਚੋਂ ਅਸੀਂ ਨਿਕਲਣੇ ਔਰ ਆਪਣਾ ਦੇਸ਼ ਬਣਾਉਣਾ ਹੈ অলਰੈਡੀ ਸਾਡੇ ਕੋਲ 50300 ਕਿਲੋਮੀਟਰ ਦਾ ਇੱਕ ਸੈਂਟਰਲ ਪਲੇਸ ਹੈ ਜਿੱਥੇ ਅਸੀਂ ਐਬਸੋਲਿਊਟ ਮੈਜੋਰਿਟੀ 'ਚ ਹੈ ਸਾਡੇ ਨਾਲ ਲੱਗਦੇ ਜਿਹੜੇ ਡਿਸਟ੍ਰਿਕਟ ਜਿਹੜੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਨੂੰ ਦਿੱਤੇ ਇਧਰੋਂ ਅੰਬਾਲੇ ਤੱਕ ਔਰ ਇਧਰ ਅਸੀਂ ਦੇਖਦੇ ਹਾਂ ਰਾਜਸਥਾਨ ਦੇ ਗੰਗਾ ਨਗਰ ਹਨੂਮਾਨਗੜ੍ਹ ਜ਼ਿਲ੍ਹੇ ਹਿਮਾਚਲ ਦੇ ਉਹ ਏਰੀਆ ਜਿਹੜੇ ਨੇਚਰਲ ਸਾਡੀਆਂ ਹਿਲਜ਼ ਰਹੀਆਂ ਜਦੋਂ ਸੀਮਾਵਾਂ ਦੀ ਗਾਰ ਇਹਨਾਂ ਨੇ ਕੀਤੀ ਹੈ ਇਹ ਸਾਡੀਆਂ ਸੀਮਾਵਾਂ ਨੇ ਜੋ ਮੈਂ ਬਿਆਨ ਕੀਤਾ ਔਰ ਐਕਸੈਸ ਟੂ ਦਾ ਸੀ ਰਾਜਸਥਾਨ ਦੇ ਡੇਜ਼ਰਟ ਰਾਈਂ 3400 ਮੀਲ ਜਾ ਕੇ ਜਿਹੜਾ ਉਹ ਸਾਨੂੰ ਸਮੁੰਦਰ ਤੱਕ ਪਹੁੰਚ ਦੂਸਰਾ ਸਵਾਲ ਕਿ ਭਾਈ ਜਿਹੜੇ ਪੰਜਾਬ ਸਰਕਾਰ ਦੇ ਲੋਨ ਨੇ ਇੰਡੀਅਨ ਗਵਰਨਮੈਂਟ ਨੂੰ ਖਾਲਸਤਾਨ ਬਣਨ ਤੋਂ ਬਾਅਦ ਅਸੀਂ ਪੇ ਕਰਾਂਗੇ ਮੈਂ ਸਮਝਦਾ ਐ ਵੀ ਇਹ ਜੇ ਸਾਡੇ ਨਾਲ ਹਿਸਾਬ ਕਰਨਗੇ ਕਿ ਕੀ ਇਹਨਾਂ ਨੇ ਸਾਡਾ ਦੇਣਾ ਹੈ ਤੇ ਅਸੀਂ ਕੀ ਦੇਣਾ ਹੈ ਅਸੀਂ ਇਹਨਾਂ ਤੋਂ ਪਿਛਲੇ 40 ਸਾਲ ਤੋਂ ਜਿਹੜਾ ਸਾਡਾ ਪੰਜਾਬ ਦਾ ਪਾਣੀ ਰਾਜਸਥਾਨ ਔਰ ਹਰਿਆਣੇ ਨੂੰ ਮੁਫਤ ਜਾ ਰਿਹਾ ਅਸੀਂ ਇੰਟਰਨੈਸ਼ਨਲ ਮਾਰਕੀਟ 'ਚ ਪਾਣੀ ਦੀ ਕੀ ਕੀਮਤ ਹੈ ਉਹਨੂੰ ਕੈਲਕੂਲੇਟ ਕਰਾਂਗੇ ਔਰ ਅਸੀਂ ਜ਼ਰੂਰ ਜੇ ਇਹਨਾਂ ਨੂੰ ਕੋਈ ਉਹ ਕਰਦੇ ਹੋਏ ਲੋਨ ਦੇਾਂਗੇ ਪਰ ਉਸ ਪਾਣੀ ਦੀ ਕੀਮਤ ਇੰਨੀਕ ਬਣ ਜਾਂਦੀ ਹੈ ਕਿ ਜੇ ਸਾਨੂੰ ਅਸੀਂ ਇਹਨਾਂ ਤੋਂ ਲਵਾਂਗੇ ਤਾਂ ਅਗਲੇ 20 ਸਾਲ ਸਾਡਾ ਫੋਰਨ ਐਕਸਚੇਂਜ ਇੰਨਾ ਜ਼ਿਆਦਾ ਹੋਏਗਾ ਕਿ ਸਾਨੂੰ ਉੱਥੇ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਸੋ ਇਸ ਫਿਕਰ 'ਚ ਨਾ ਹੋਈਏ ਕਿ ਭਈ ਇਹਨਾਂ ਦਾ ਲੋਨ ਤਾਂ ਇਹਨਾਂ ਦਾ ਕੀ ਹੈ ਇਹਨਾਂ ਨੇ ਸਾਡੇ ਮੁੰਡੇ ਮਾਰੇ ਜਿਹੜੀਆਂ ਸਿਕਿਉਰਿਟੀ ਫੋਰਸਿਜ਼ ਪੰਜਾਬ ਚ ਚਲਾਈਆਂ ਉਹਦੇ ਬਿੱਲ ਬਣਾਏ ਹੋਏ ਨੇ ਕਿ ਜੇ ਅਸੀਂ ਜਿਹੜੀਆਂ ਗੋਲੀਆਂ ਖਰਚੀਆਂ ਤੁਹਾਡੇ ਮੁੰਡੇ ਮਾਰਨੇ ਉਹਨਾਂ ਗੋਲੀਆਂ ਦੇ ਪੈਸੇ ਵੀ ਤੁਸੀਂ ਦਿਓ। ਜੀ। ਸੋ ਜਦੋਂ ਹਿਸਾਬ ਕਰਨਗੇ ਵਹਿ ਕੇ ਅਸੀਂ ਜ਼ਰੂਰ ਇਹਨਾਂ ਦੇ ਨਾਲ ਹਿਸਾਬ ਕਰਾਂਗੇ। ਆ ਤੀਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਸਾਡਾ ਆਪਣਾ ਕਨਸਟੀਟਿਊਸ਼ਨ ਹੋਏਗਾ ਜਾਂ ਸਿੱਖ ਰਹਿਤ ਮਰਿਆਦਾ ਜਿਹੜੀ ਹੈ। ਕੋਈ ਇੱਕ ਗੱਲ ਮੈਂ ਰਿਪੀਟਿਡਲੀ ਕਹੀ ਹੈ ਆਡਟ ਆਪਣੇ ਡਿਸਕਸ਼ਨ ਪ੍ਰੋਗਰਾਮਸ ਕਿ ਖਾਲਸਤਾਨ ਕੋਈ ਥੀਓਕ੍ਰੈਟਿਕ ਸਟੇਟ ਨਹੀਂ ਹੋਏਗਾ ਇੱਕ ਧਰਮ ਆਧਾਰਿਤ ਜੋ ਜਾਂ ਈਰਾਨ ਦੇ ਵਿੱਚ ਹੈ ਜਾਂ ਸਾਊਦੀ ਅਰੇਬੀਆ ਚ ਹੈ ਕਈਆਂ ਨੂੰ ਆਪਣਿਆਂ ਨੂੰ ਵੀ ਇਹ ਡਰ ਲੱਗਦਾ ਵੀ ਪਤਾ ਨਹੀਂ ਆਪਣੇ ਤਾਲੀਬਾਨ ਆ ਜਾਣਗੇ ਇਹ ਸਾਡੀਆਂ ਆਜ਼ਾਦੀਆਂ ਖਰਬ ਕਰ ਦੇਣਗੇ ਪਤਾ ਨਹੀਂ ਕੱਪੜੇ ਕੀ ਪੁਆਣ ਪਾਣ ਦੇਣਗੇ ਸਾਨੂੰ ਇਹ ਇਹ ਬਿਲਕੁਲ ਠੀਕ ਹੈ ਕਿ ਖਾਲਸਤਾਨ ਦੇ ਵਿੱਚ ਸਿੱਖ ਧਰਮ ਮਹਿਫੂਜ਼ ਹੋਏਗਾ ਇਹ ਨਹੀਂ ਹੈ ਵੀ ਤੁਹਾਡਾ ਕੁ ਅਕਾਲ ਤਖਤ ਢਾ ਦੇਗਾ ਤੁਹਾਡੀਆਂ ਬੱਚੀਆਂ ਭੈਣਾਂ ਦੇ ਨਾਲ ਜਿਹੜਾ ਉਹਨਾਂ ਨੂੰ ਬੇਪਤ ਕਰੇਗਾ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਨੂੰ ਕੋ ਅਗ ਲਾ ਰਿਹਾ ਹੈ ਕੋਈ ਹੋਰ ਅਜਨੇ ਕੋ ਆਸ਼ੂ ਤੋਸ਼ੀਏ ਕੋਈ ਸੌਦਾ ਸਾਧ ਔਰ ਇਹ ਦੂਜੇ ਕੋਈ ਖੜੇ ਕੀਤੇ ਹੋਏ ਨੇ ਸਰਕਾਰਾਂ ਨੇ ਇਹਨਾਂ ਨੂੰ ਜ਼ਰੂਰ ਜਿਹੜਾ ਇਹੋ ਜਿਹਾ ਪਾਰਟ ਨਹੀਂ ਹੋਏਗਾ ਲੇਕਿਨ ਖਾਲਸਤਾਨ ਦੇ ਵਿੱਚ ਇੱਕ ਸੰਵਿਧਾਨ ਜਿਹੜਾ ਕਿ ਖਾਲਸਤਾਨ ਦੇ ਸ਼ਹਿਰੀ ਜੀ ਆਪਸੀ ਵਿਚਾਰ ਦੇ ਨਾਲ ਡਿਸਕਸ਼ਨ ਦੇ ਨਾਲ ਜਿਵੇਂ ਅਮਰੀਕਾ ਔਰ ਦੂਸਰੀਆਂ ਸਬਕ ਸੋਸਾਇਟੀਆਂ ਨੇ ਬਣਾਇਆ ਉਸ ਸੰਵਿਧਾਨ ਦੇ ਥੱਲੇ ਹੋਏਗਾ ਔਰ ਇਹ ਬਿਲਕੁਲ ਜਿਹੜਾ ਸਿੱਖ ਰਹਿਤ ਮਰਿਆਦਾ ਸਿੱਖਾਂ ਦੇ ਲਾਗੂ ਹੁੰਦੀ ਹੈ ਔਰ ਉਹਦੇ ਲਈ ਜਿਹੜੇ ਬਾਕੀ ਸ਼ਹਿਰੀ ਨੇ ਅਸੀਂ ਕੋਈ ਇਹ ਨਹੀਂ ਹੈ ਵੀ ਉਹਨਾਂ ਨੂੰ ਕੋਈ ਜ਼ਬਰਨ ਸਿੱਖ ਬਣਾ ਦੇਣਾ ਜਾਂ ਉਹਨਾਂ ਤੋਂ ਉਹਨਾਂ ਦੇ ਹੱਕ ਖੋਣੇ ਨੇ ਔਰ ਜਿਵੇਂ ਮੈਂ ਕਿਹਾ ਕਿ ਖਾਲਸਾਣ ਐਲਾਨਨਾਮਾ ਜ਼ਰੂਰ ਸਾਡੇ ਵੀਰ ਭੈਣਾਂ ਪੜਨ ਕਿ ਉਹਦੇ ਚ ਪ੍ਰਵਿਖ ਦੇ ਖਾਲਸਾਣ ਦਾ ਕੀ ਤਰਜ਼ੇ ਹਕੂਮਤ ਹੋਏਗਾ ਫਾਰਮ ਆਫ ਗਵਰਨਮੈਂਟ ਕੀ ਹੋਏਗਾ ਉਦੇ ਬੀਜ ਮਾਤਰ ਦੇ ਵਿੱਚ ਉਹਦੇ ਵਿੱਚ ਇਫੈਕਟ ਮੌਜੂਦ ਨੇ ਜੀ ਔਰ ਬਾਕੀ ਉਹਨਾਂ ਨੇ ਕਿਹਾ ਕਿ ਜੀ ਸੁਪਰੀਮ ਪਾਵਰ ਕੀ ਹੋਏਗੀ ਖਾਲਸਾਣ ਦੇ ਵਿੱਚ ਹੁਣ ਕਈਆਂ ਨੂੰ ਇਹ ਲੱਗਦਾ ਵੀ ਸ਼ਾਇਦ ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈ ਪਹਿਲੀ ਗੱਲ ਤਾਂ ਇਹ ਸਾਰਾ ਹੀ ਸਿਸਟਮ ਜਿਹੜਾ ਜਥੇਦਾਰਾਂ ਵਾਲਾ ਇਹਨਾਂ ਨੇ ਪਿਛਲੇ 80 90 ਸਾਲ즈 ਕ੍ਰੀਏਟ ਕੀਤਾ ਇਹ ਇਨ ਲਾਈਨ ਹੀ ਨਹੀਂ ਹੈ ਸਿੱਖ ਫਲਸਫੀ ਦੇ ਸਿੱਖ ਫਲਸਫੀ ਦੇ ਵਿੱਚ ਗੁਰੂ ਗ੍ਰੰਥ ਗੁਰੂ ਪੰਥ ਦਾ கான்ਸੈਪਟ ਹੈ ਅਕਾਲ ਤਖਤ ਸਾਹਿਬ ਸਾਡੀ ਹਾਈਐਸਟ ਜਿਹੜੀ ਹੈ ਉਹ ਅਥਾਰਟੀ ਹੈ ਜਿਹੜੀ ਗੁਰੂ ਪੰਥ ਦੀ ਵਿੱਲ ਨੂੰ ਜਿਹੜੀ ਹੈ ਉਹ ਇੰਪਲੀਮੈਂਟ ਕਰਦੀ ਹੈ। ਉਹ ਅਕਾਲ ਤਖਤ ਦਾ ਹੁਕਮਨਾਮਾ ਵੀ ਜਿਹੜਾ ਗੁਰੂ ਪੰਥ ਰਾਹੀਂ ਜਾਰੀ ਹੁੰਦਾ ਉਹ ਨਹੀਂ ਜਿਹੜੇ ਜੱਥੇਦਾਰ ਪੈਸੇ ਲੈ ਕੇ ਜਾਰੀ ਕਰਦੇ ਨੇ। ਜਾਂ ਆ ਹੁਣ ਦਸਵੇਂ ਪਾਤਸ਼ਾਹ ਦੀਆਂ ਕੁਝ ਜਿਹੜੀਆਂ ਉਹਨਾਂ ਨਾਲ ਸੰਬੰਧਤ ਹਥਿਆਰ, ਛੇਵੇਂ ਪਾਤਸ਼ਾਹ ਨਾਲ ਸੰਬੰਧਤ ਸ਼ਸਤਰ, ਨੌਵੇਂ ਪਾਤਸ਼ਾਹ ਨਾਲ ਸੰਬੰਧਤ ਜਿਹੜੇ ਕਿਲਾ ਮੁਬਾਰਕ ਦੀ ਕਲਮਾਰੀ ਚ ਕਈ ਸਾਲ ਪਹਿਰੇ ਕਿਉਂਕਿ ਇਹ ਨਾਬੇ ਵਾਲਿਆਂ ਦੇ ਕੋਲ ਸੀ ਸ਼ਾਇਦ ਉਹਨਾਂ ਦਾ ਕੋਈ ਝਗੜੇ-ਝਗੜੇ ਚੱਲਦੇ ਨਾ ਸਰਕਾਰ ਨੂੰ ਫਿਕਰ ਸੀ ਨਾ ਸ਼੍ਰੋਮਣੀ ਕਮੇਟੀ ਨੂੰ ਫਿਕਰ ਸੀ ਇੱਕ ਸੱਜਣ ਜਿਹੜੇ ਨੇ ਉਹ ਲੜਾਈ ਨੂੰ ਕੋਰਟ ਤੱਕ ਕਿੰਨੇ ਸਾਲ ਲੜਦੇ ਰਹੇ ਔਰ ਹੁਣ ਕੋਰਟ ਨੇ ਫਾਈਨਲੀ ਕਿਹਾ ਕਿ ਜੀ ਉਹਨੂੰ ਰਿਲੀਜ਼ ਕਰੋ ਸ਼੍ਰੋਮਣੀ ਕਮੇਟੀ ਨੇ ਪੋਜ਼ੇਸ਼ਨ ਲੈ ਲਿਆ ਔਰ ਹੁਣ ਜਦੋਂ ਦੂਖਨਵਾਰ ਸਾਹਿਬ ਪਟਿਆਲਾ ਤੋਂ ਉਹਨਾਂ ਸ਼ਸਤਰਾਂ ਨੂੰ ਕਿਉਂਕਿ ਬਾਦਲ ਟਬਰ ਫਸਿਆ ਹੋਇਆ ਹੈ ਆਰਬਿਟ ਕੰਪਨੀ ਸਕੈਂਡਲ ਹੋਰ ਡਰੱਗਜ਼ ਦੇ ਮਾਮਲੇ ਜ ਹਾਈ ਕੋਰਟ ਦੀ ਲਾਈਨ ਜਿਹੜੀ ਹੈ ਉਹਨਾਂ ਨੇ ਦੇਖਿਆ ਕਿ ਵੀ ਇਹ ਮੌਕਾ ਹੈ ਵੀ ਸਿੱਖਾਂ ਨੂੰ ਇਹ ਧਾਰਮਿਕ ਨਾਅ ਦੇ ਥੱਲੇ ਜਿਹੜਾ ਉਹ ਤੋਰੋ ਇਧਰ ਨੂੰ ਜੀ ਔਰ ਉਹਨਾਂ ਨੇ ਕੀਤਾ ਜੇ ਅਸੀਂ ਯਾਤਰਾ ਇੱਥੋਂ ਜਾਏਗੀ ਪੰਜਾਬ 'ਚ ਬੜੀ 4 ਕਰੋੜ ਦੀ ਇੱਕ ਬੱਸ ਬਣਾ ਲਈ ਦੂਜਾ ਇਹ ਪਾਰਟ ਤਾਂ ਚਲੋ ਇੱਕ ਡਿਫਰੈਂਟ ਹੈ ਕਿ ਕਿਵੇਂ ਲੀਡਰ ਜਿਹੜੇ ਅਕਾਲੀਆਂ ਦੇ ਨੇ ਉਹਦਾ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ ਪਰ ਗੱਲ ਅਸੀਂ ਤਖਤਾਂ ਦੇ ਹਵਾਲੇ ਨਾਲ ਕੀਤੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਔਰ ਪ੍ਰੈਸ ਰਿਲੀਜ਼ ਵੀ ਆਈ ਕਿ ਜੀ ਅਸੀਂ ਸਮਝਦੇ ਆਂ ਕਿ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਔਰ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਦਾ ਬਹੁਤ ਵੱਡਾ ਇਹ ਸਾਰੇ ਦੇ ਵਿੱਚ ਉਹਨਾਂ ਦੀ ਧੇਨ ਹੈ ਕਿ ਇਹ ਜਿਹੜਾ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜੀ ਇੰਨਾ ਵੱਡਾ ਜੀ ਨਾ ਇਹਨਾਂ ਨੂੰ ਸਿੱਖ ਸੰਗਤ ਯਾਦ ਆਈ ਨਾ ਇਹਨਾਂ ਨੂੰ ਇਹ ਲੱਗਾ ਕਿ ਭਾਈ ਜਦੋਂ ਕਈ ਸਾਲ ਕਲਮਾਰੀ ਦੇ ਵਿੱਚ ਬਿਲਕੁਲ ਇਗਨੋਰਡ ਹਾਲਤ ਚ ਪਈਆਂ ਸੀ ਗੁਰੂ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ ਉਦੋਂ ਇਹਨਾਂ ਨੂੰ ਚੇਤਾ ਨਾ ਆਇਆ ਲੜਾਈ ਕਿਸੇ ਹੋਰ ਨੇ ਲੜੀ ਤੇ ਹੁਣ ਸਿਆਸੀ ਲਾਹਾ ਲੈਣ ਲਈ ਅੱਜ ਜਥੇਦਾਰ ਜਿਹੜਾ ਉਹ ਤਨਖਾਹੀਆ ਬਣਿਆ ਹੋਇਆ ਬਾਦਲ ਟੰਬਰ ਦਾ ਤੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਔਰ ਜਦੋਂ ਦੂਸਰੀਆਂ ਪਾਰਟ ਹੁੰਦੇ ਨੇ ਹੁਣ ਬਾਪੂ ਸੂਰਤ ਸਿੰਘ 120 ਦਿਨ ਹੋ ਗਏ ਨੇ ਆਲਮੋਸਟ ਵਰਤ ਰੱਖੇ ਜਥੇਦਾਰ ਤੋਂ ਇੰਨਾ ਨਹੀਂ ਸਰਿਆ ਹੈ ਜਾ ਕੇ ਇੱਕ ਵਾਰੀ ਮਿਲ ਲੈ ਬਿਆਨ ਤਾਂ ਹਮਾਇਤ ਦਾ ਕੀ ਦੇਣਾ ਹੈ ਦੂਜੇ ਕਿੰਨੇ ਇਸ਼ੂ ਪੰਜਾਬ ਦੇ ਵਿੱਚ ਚੱਲਦੇ ਨੇ ਪਰ ਇਹ ਸਾਰੇ ਜਿਹੜੇ ਨੇ ਬਾਦਲ ਟੰਬਰ ਦੇ ਤਨਖਾਹੀਏ ਨੇ ਬਣੇ ਹੋਏ ਸੋ ਅਸੀਂ ਸਮਝਦੇ ਹਾਂ ਕਿ ਖਾਲਸਾਣ ਦੀ ਹੋਣ ਦੇ ਵਿੱਚ ਜਿਹੜੀ ਪਾਵਰ ਹੈ that will be with the people ਜਦੋਂ ਅਸੀਂ ਇਵਨ ਡੈਮੋਕਰੇਸੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਔਰ ਉਹਨੂੰ ਲੰਕਨ ਦੀ ਡੈਫੀਨੇਸ਼ਨ ਆਫ ਦਾ ਪੀਪਲ ਬਾਏ ਦਾ ਪੀਪਲ ਫਾਰ ਦਾ ਪੀਪਲ ਸੋ ਖਾਲਸਾਣ ਦੀ ਹਕੂਮਤ ਠੀਕ ਹੈ ਵੀ ਇਹ ਸਾਡੀ ਇਨਸਪੀਰੇਸ਼ਨ ਧਰਮ ਹੈ ਕੋਈ ਵੀ ਸਿੱਖ ਧਰਮ ਦੇ ਖਿਲਾਫ ਜੋ ਜੇ ਅੱਜ ਇਹਨਾਂ ਨੇ এজেন্ডੇ ਹਕੂਮਤਾਂ ਦੇ ਚੱਲਦੇ ਨੇ ਉਹ ਨਹੀਂ ਹੋਣਗੇ ਖਾਲਸਾਣ ਇੱਕ ਸਿੱਖ ਧਰਮ ਦੇ ਮਾਡਲ ਤੇ ਬੇਸਡ ਜਿਹੜਾ ਇਨਸਾਨੀਅਤ ਦਾ ਫਲਸਫਾ ਹੈ ਕਿਉਂਕਿ ਸਿੱਖ ਧਰਮ ਯਕੀਨ ਹੀ ਸਰਬੱਤ ਦੇ ਭਲੇ 'ਚ ਕਰਦਾ ਹੈ ਔਰ ਇਹ ਜਿਹੜਾ ਪਾਰਟ ਹੈ ਇਹ ਸੈਂਟਰਲ ਹੋਏਗਾ ਕਿ ਸਿੱਖ ਧਰਮ ਇੱਕ ਸਰਕਾਰੀ ਧਰਮ ਦੇ ਤੌਰ ਤੇ ਵੀ ਉਸ ਨੂੰ ਜਿਹੜੀ ਇਹ ਮੰਨਤਾ ਹੋਏਗੀ ਪਰ ਜਿਹੜੀ ਜਿਹੜਾ ਸਿਸਟਮ ਹੈ ਤਰਜੇ ਹਕੂਮਤ ਉਹ ਕੋਈ ਇਹਨਾਂ ਜਿਹੜੇ ਅੱਜ ਇਸ ਕਿਸਮ ਦੀ ਪਾਵਰ ਜਿਹੜੀ ਆਪਾਂ ਉਹਨੂੰ ਪੋਪ ਸਮਝ ਕੇ ਬੈਠੇ ਹੋਏ ਨੇ ਇਸ ਕਿਸਮ ਦਾ ਕੋਈ ਸਿਸਟਮ ਨਹੀਂ ਹੋਏਗਾ ਔਰ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਖਾਲਸਤਾਨ ਦੀ ਡੈਕਲੇਰੇਸ਼ਨ ਦੇ ਵਿੱਚ ਕੀਤੀ ہوئی ਹੈ ਸੋ ਇਹਨਾਂ ਦਾ ਵੀ ਰਣਜੋਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹ ਖਾਲਸਤਾਨ 'ਚ ਰਹਿਣਾ ਚਾਹੁੰਦੇ ਨੇ ਲੈਂਡ ਆਫ ਦਾ ਪਿਓ ਪਰ ਇਹਦੇ 'ਚ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਨਕਲੂਡਿੰਗ 'ਚ ਕਹਾਂਗਾ ਕਿ ਵੀ ਇਹ ਸਿਰਫ ਸਾਡੀ ਡ੍ਰੀਮ ਲੈਂਡ ਜਾਂ ਵਿਸ਼ਫੁਲ ਥਿੰਕਿੰਗ ਨਾ ਬਣ ਕੇ ਰਹਿ ਜਾਏ ਉਹਦੇ ਲਈ ਅਸੀਂ ਸਾਰੇ ਜਿਹੜੇ ਮਹਿਸੂਸ ਕਰਦੇ ਆ ਇਸੇ ਕੌਮ ਦੇ ਬੱਚੇ ਬੱਚੀਆਂ ਜੀ ਜੀ ਕਿ ਸਾਡਾ ਘਰ ਹੋਣਾ ਚਾਹੀਦਾ ਸਾਨੂੰ ਐਫਰਟ ਵੀ ਕਰਨਾ ਪੈਣਾ ਕੋਉ ਕਿਸੇ ਕੋ ਰਾਜ ਨ ਦੇਹ ਜੋ ਲੈਹੇ ਨਿਜ ਬਲ ਸੇ ਲੈ ਪੋਲੀਟੀਕਲ ਪਾਵਰ ਕਦੇ ਕਿਸੇ ਨੇ ਤੁਹਾਨੂੰ ਤਸ਼ਤਰੀ ਚ ਰੱਖ ਕੇ ਟਰੇ ਚ ਰੱਖ ਕੇ ਨਹੀਂ ਦਿੱਤੀ ਤੁਹਾਨੂੰ ਸਟਰਗਲ ਕਰਨੀ ਪੈਣੀ ਸੋ ਉਹਦੇ ਚ ਸਾਡੀ ਸੋਚ ਇਹ ਹੋਣੀ ਚਾਹੀਦੀ ਜਿਵੇਂ ਪਾਈ ਗੁਰਦਾਸ ਜੀ ਨੇ ਫਰਮਾਇਆ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤ ਉਹ ਕੀ ਯਤਨ ਕੀਤੇ ਜਾਣ ਕੀ ਐਫਰਟ ਕੀਤੇ ਜਾਣ ਔਰ ਹਰ ਸਿੱਖ ਆਪੋ ਆਪਣੀ ਸਮਰਥਾ ਅਨਸਾਰ ਹਰ ਇੱਕ ਨੇ ਹਥਿਆਰਬੰਦ ਸੰਘਰਸ਼ ਨਹੀਂ ਲੜਨਾ ਹੁੰਦਾ ਜਿਵੇਂ ਮੈਂ ਅਕਸਰ ਕਹਿੰਦਾ ਹੈ ਭਾਈ ਨੰਦ ਲਾਲ ਕਲਮ ਚਲਾਉਂਦੇ ਨੇ ਭਾਈ ਕਨਈਆ ਜਿਨੇ ਪਾਣੀ ਦੀ ਮਸ਼ਕ ਚੁੱਕੀ ਹੈ ਸਾਰੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਵਰਸ਼ਾ ਚੁੱਕਿਆ ਸਾਰੇ ਆਪਣੇ ਪ੍ਰੀਤਮ ਨੂੰ ਰਿਝਾ ਰਹੇ ਨੇ ਜੀ ਸੋ ਇਸ ਪੌਂਚ ਦੇ ਨਾਲ ਅਸੀਂ ਐਕਟਿਵਿਸਟ ਵੀ ਬਣੀਏ ਨਾ ਕਿ ਸਿਰਫ ਜਿਹੜੀ ਹੈ ਅਸੀਂ ਵਿਸ਼ਫੁਲ ਥਿੰਕਿੰਗ ਤੱਕ ਹੀ ਰਹੀਏ ਸੋ ਇਹਨਾਂ ਦਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਨਾਲਾ ਨੇ ਅਪ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ